मीह वांगू वगदे हंजुआ नू रोकण तो बेवस एमा जो अपने कलेजे दे टोटे दी तस्वीर मोबाइल च वेख वेख दिल नू तसल्ली दे रही है, क्योंकि विदेश दी धरती तो इस दे पुत दी एक अजिही वीडियो आई है जिस नू वेख इस मां दीआं अखां च हंजू रुकण दा नां नहीं लै रहे। गुरदासपुर दे पिंड ढेसियां दे 25 साला नौजवान गुरविंदर सिंह दी इह वीडियो जिस च ओह इक हस्पताल च बेसुधाल च नजर आ रहा है। उही गुरविंदर जो 4 साल पहला रोजी रोटी दी तलाश च अपने पिंड तो जॉर्डन कमाई ले गया सी। अमनदीप कौर, हाँ जी, की गल? मेरा बच्चे नूं 4 साल हो गए आ जॉर्डन दे विच गए नूं, ते परसों पता लगा कि बीमार बहुत ज्यादा आ, ते उहनां ने हस्पताल च खड़िया ते हुण कहिंदे ओह कोमा दे विच आ, ते मेरा बच्चा घर आ जाए। मैं सरकार को इहो मंग मंगदी आ कि मेरा बच्चा पलेठी दा ही घर आ जाए। ਕਿੰਨਾ ਚਿਰ ਹੋਇਆ ਹੈ ਗੱਲ ਤਾਂ ਪਹਿਲੇ ਗੱਲ ਕਰੇ ਹੋਈ ਨੂੰ ਪਰਸੋਂ ਚੌਥ ਹੋਈ ਗੱਲ, ਉਹ ਤੋਂ ਬਾਅਦ ਗੱਲ ਨਹੀਂ ਹੋਈ ਪਿੱਛੇ ਨਾ। ਕੀ ਸੰਸਥਾ ਦੇ ਕੇ ਗੱਲਬਾਤ ਕੀਤੀ ਕੋਈ ਤੇ ਨਹੀਂ ਹੋ ਤੋ? ਨਹੀਂ, ਕੋਈ ਹੋਰ ਨਹੀਂ ਗੱਲ ਹੋਈ। ਕੋਈ ਸਮਾਤੇ ਨੂੰ ਕੀ ਬਿਲ ਕਰਦੇ? ਮੈਂ ਇਹੋ ਹੀ ਕਰਦੀ ਕਿ ਮੇਰਾ ਬੱਚਾ ਮੇਰੇ ਘਰ ਆ ਜਾਏ। ਮੇਰਾ ਬੱਚਾ ਵੱਡਾ ਹੀ ਪਲੇਠੀ ਦਾ। ਕਿੰਨੀ ਉਮਰ ਸੀ? 25 ਸਾਲ ਉਮਰ। ਖੜਿਆ ਤੇ ਹੁਣ 4 ਦਿਨ ਹੋ ਗਏ ਬੱਚੇ ਨਾਲ ਕੋਈ ਗੱਲ ਬਾਤ ਨੀ ਹੋਣ ਡਈ, ਤੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਕੋਮਾ ਚ ਚਲ ਗਿਆ। ਤੇ ਮੈਂ ਇਹੋ ਕਰਦੀ ਮਿਹਨਤ ਵੀ ਮੇਰਾ ਬੱਚਾ ਘਰ ਆ ਜਾਏ। ਸਰਕਾਰ ਨੂੰ ਮੈਂ ਨਹੀਂ ਤੇ ਮੇਰਾ ਬੱਚਾ ਘਰ ਆ ਜਾਏ। ਪਿਤਾ ਜੀ, ਮੈਂ ਇਹਨਾਂ ਦੇ ਗਵਾਂਢਣ ਵਾਂ। 4 ਸਾਲ ਇਹਨਾਂ ਦੇ ਬੇਟੇ ਨੂੰ ਬਾਹਰ ਗਏ ਨੂੰ ਹੋ ਗਏ ਆ, ਤੇ ਥੋੜੇ ਦਿਨ ਪਹਿਲਾਂ ਫੋਨ ਆਇਆ ਸੀ ਤੇ ਕਹਿੰਦਾ ਸੀ ਮੇਰੇ ਸਿਰ ਨੂੰ ਪੀੜ ਹੁੰਦੀ ਆ। ਉਸ ਤੋਂ ਬਾਅਦ 4 ਦਿਨ ਹੋ ਗਏ ਕੋਈ ਫੋਨ ਨਹੀਂ ਆਇਆ ਉਹਦਾ, ਤੇ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਬੱਚਾ ਘਰ ਆ ਜਾਏ, ਕਿਉਂਕਿ ਸਾਡਾ ਬੱਚੇ ਨੂੰ 4 ਸਾਲ ਹੋ ਗਏ ਆ ਗਏ ਨੂੰ, ਤੇ ਵੱਧ ਤੋਂ ਵੱਧ ਕੋਸ਼ਿਸ਼ ਅਸੀਂ ਗਵਾਂਢੀ ਇਹੋ ਹੀ ਕਰਦੇ ਹਾਂ ਵੀ ਬੱਚਾ ਘਰ ਆ ਜਾਏ ਛੇਤੀ ਤੋਂ ਛੇਤੀ ਘਰ ਆ ਜਾਏ। ਇਹਨਾਂ ਦੀ ਗੱਲ ਕਿੰਨੇ ਦਿਨ ਹੋਈ? ਇਹਨਾਂ ਦੀ ਗੱਲ 4 ਦਿਨ ਹੋਈ ਹੋਈ ਨੂੰ। ਉਦਣ ਕਹਿੰਦਾ ਸੀ ਮੰਮੀ ਮੇਰੇ ਸਿਰ ਨੂੰ ਮਾੜੀ ਜਿਹੀ ਪੀੜ ਹੁੰਦੀ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ ਇਹਨਾਂ ਦੀ। ਤੇ ਕੱਲ ਅਚਾਨਕ ਹੀ ਕਿਸੇ ਮੁੰਡੇ ਨੇ ਫੋਨ ਕੀਤਾ ਵੀ ਜ਼ਿਆਦਾ ਸੀਰੀਅਸ ਵਾ, ਤੇ ਹੋਸਪਿਟਲ ਲੈ ਗਏ ਆ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਣ ਦੀ ਸਾਡੇ ਦਿਨ। ਇਹ ਗਿਆ ਜੇ ਜੋਰਡਨ ਗਿਆ ਜੇ ਰੋਜ਼ੀ ਰੋਟੀ ਦੀ ਤਲਾਸ਼ 'ਚ ਜੋਰਡਨ ਗਏ ਇਸ ਨੌਜਵਾਨ ਦੀ ਮਾਤਾ ਹੁਣ ਆਪਣੇ ਪੁੱਤ ਨੂੰ ਕੋਮਾ ਦੀ ਹਾਲਤ 'ਚ ਹੀ ਵਾਪਸ ਲਿਆਉਣ ਵਾਸਤੇ ਸਰਕਾਰ ਅੱਗੇ ਗੁਹਾਰ ਲਗਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।